ਹੁਣੇ ਸਾਨੂੰ ਸਮਾਚਾਰ ਪ੍ਰਾਪਤ ਹੋਇਆ ਵਾ ਵੀ ਲਖੀਮਪੁਰ ਖੀਰੀ ਦੇ ਮੁੱਖ ਦੋਸ਼ੀ ਅਜੇ ਮਿਸ਼ਰਾ ਟੈਨੀ ਜਿਹੜੇ ਕੇਂਦਰ ਦੇ ਗ੍ਰਹਿ ਰਾਜ ਮੰਤਰੀ ਆ ਉਹਨਾਂ ਨੂੰ ਲਖੀਮਪੁਰ ਖੀਰੀ ਤੋਂ ਜਿਹੜੀ ਭਾਜਪਾ ਵਾ ਉਹਨੇ ਟਿਕਟ ਦਿੱਤੀ ਆ ਔਰ ਸਾਡੀਆਂ ਮੰਗਾਂ ਵਿੱਚ ਲਖੀਮਪੁਰ ਖੀਰੀ ਦਾ ਇਨਸਾਫ ਲੈਣ ਦੀ ਗੱਲ ਸੀਗੀ। ਤੋ ਕੇਂਦਰ ਸਰਕਾਰ ਦਾ ਜਿਹੜੀ ਮੈਂ ਗੱਲ ਕਹਿੰਦਾ ਸੀ ਨੀਅਤ ਅਤੇ ਨੀਤ ਖੋਟੀ ਆ ਉਹ ਨੰਗੀ ਹੋ ਗਈ। ਇੱਕ ਬੰਨੇ ਬਿਆਨ ਆ ਰਹੇ ਆ ਵੀ ਅਸੀਂ ਕਿਸਾਨਾਂ ਮਜ਼ਦੂਰਾਂ ਨਾਲ ਬਹਿ ਕੇ ਮਸਲੇ ਨਿਬੇੜਨਾ ਚਾਹੁੰਦੇ, ਇੱਕ ਬੰਨੇ ਜਿਹੜੇ ਸਾਡੇ ਕਿਸਾਨਾਂ ਮਜ਼ਦੂਰਾਂ ਦੇ ਕਾਤਲ ਆ ਉਹਨਾਂ ਨੂੰ ਟਿਕਟਾਂ ਦਿੱਤੀਆਂ ਜਾ ਰਹੀਆਂ, ਇਸ ਫੈਸਲੇ ਦੀ ਅਸੀਂ ਨਿੰਦਾ ਕਰਦੇ ਹਾਂ ਔਰ ਇਹਦਾ ਜਿਹੜਾ ਵਾ ਬਦਲਾ ਇਹ ਦੇਸ਼ ਦੇ 140 ਕਰੋੜ ਲੋਕ ਲੈਣਗੇ ਵੀ ਜੋ ਭਾਜਪਾ ਜਿਸ ਨੀਤੀ 'ਤੇ ਚੱਲ ਰਹੀ ਆ ਅਜਿਹੀ ਸਰਕਾਰ ਚਾਹੀਦੀ ਆ ਕਿ ਨਹੀਂ ਚਾਹੀਦੀ। ਅਸੀਂ ਜਿੰਨਾ ਚਿਰ ਲਖੀਮਪੁਰ ਖੀਰੀ ਦਾ ਇਨਸਾਫ ਨਹੀਂ ਲੈਂਦੇ ਉਹਨਾਂ ਤੱਕ ਉਨੀ ਦੇਰ ਤੱਕ ਇਹ ਅੰਦੋਲਨ ਜਾਰੀ ਰੱਖਾਂਗੇ। ਧੰਨਵਾਦ। ਹੁਣੇ ਸਾਨੂੰ ਸਮਾਚਾਰ ਪ੍ਰਾਪਤ ਹੋਇਆ ਵਾ ਵੀ ਲਖੀਮਪੁਰ ਖੀਰੀ ਦੇ ਮੁੱਖ ਦੋਸ਼ੀ ਅਜੇ ਮਿਸ਼ਰਾ ਟੈਨੀ ਜਿਹੜੇ ਕੇਂਦਰ ਦੇ ਗ੍ਰਹਿ ਰਾਜ ਮੰਤਰੀ ਆ ਉਹਨਾਂ ਨੂੰ ਲਖੀਮਪੁਰ ਖੀਰੀ ਤੋਂ ਜਿਹੜੀ ਭਾਜਪਾ ਵਾ ਉਹਨੇ ਟਿਕਟ ਦਿੱਤੀ ਆ ਔਰ ਸਾਡੀਆਂ ਮੰਗਾਂ ਵਿੱਚ ਲਖੀਮਪੁਰ ਖੀਰੀ ਦਾ ਇਨਸਾਫ ਲੈਣ ਦੀ ਗੱਲ ਸੀਗੀ। ਤੋ ਕੇਂਦਰ ਸਰਕਾਰ ਦਾ ਜਿਹੜੀ ਮੈਂ ਗੱਲ ਕਹਿੰਦਾ ਸੀ ਨੀਅਤ ਅਤੇ ਨੀਤ ਖੋਟੀ ਆ ਉਹ ਨੰਗੀ ਹੋ ਗਈ। ਇੱਕ ਬੰਨੇ ਬਿਆਨ ਆ ਰਹੇ ਆ ਵੀ ਅਸੀਂ ਕਿਸਾਨਾਂ ਮਜ਼ਦੂਰਾਂ ਨਾਲ ਬਹਿ ਕੇ ਮਸਲੇ ਨਿਬੇੜਨਾ ਚਾਹੁੰਦੇ, ਇੱਕ ਬੰਨੇ ਜਿਹੜੇ ਸਾਡੇ ਕਿਸਾਨਾਂ ਮਜ਼ਦੂਰਾਂ ਦੇ ਕਾਤਲ ਆ ਉਹਨਾਂ ਨੂੰ ਟਿਕਟਾਂ ਦਿੱਤੀਆਂ ਜਾ ਰਹੀਆਂ, ਇਸ ਫੈਸਲੇ ਦੀ ਅਸੀਂ ਨਿੰਦਾ ਕਰਦੇ ਹਾਂ ਔਰ ਇਹਦਾ ਜਿਹੜਾ ਵਾ ਬਦਲਾ ਇਹ ਦੇਸ਼ ਦੇ 140 ਕਰੋੜ ਲੋਕ ਲੈਣਗੇ ਵੀ ਜੋ ਭਾਜਪਾ ਜਿਸ ਨੀਤੀ 'ਤੇ ਚੱਲ ਰਹੀ ਆ ਅਜਿਹੀ ਸਰਕਾਰ ਚਾਹੀਦੀ ਆ ਕਿ ਨਹੀਂ ਚਾਹੀਦੀ। ਅਸੀਂ ਜਿੰਨਾ ਚਿਰ ਲਖੀਮਪੁਰ ਖੀਰੀ ਦਾ ਇਨਸਾਫ ਨਹੀਂ ਲੈਂਦੇ ਉਹਨਾਂ ਤੱਕ ਉਨੀ ਦੇਰ ਤੱਕ ਇਹ ਅੰਦੋਲਨ ਜਾਰੀ ਰੱਖਾਂਗੇ। ਧੰਨਵਾਦ। ਹੁਣੇ ਸਾਨੂੰ ਸਮਾਚਾਰ ਪ੍ਰਾਪਤ ਹੋਇਆ ਵਾ ਵੀ ਲਖੀਮਪੁਰ ਖੀਰੀ ਦੇ ਮੁੱਖ ਦੋਸ਼ੀ ਅਜੇ ਮਿਸ਼ਰਾ ਟੈਨੀ ਜਿਹੜੇ ਕੇਂਦਰ ਦੇ ਗ੍ਰਹਿ ਰਾਜ ਮੰਤਰੀ ਆ ਉਹਨਾਂ ਨੂੰ ਲਖੀਮਪੁਰ ਖੀਰੀ ਤੋਂ ਜਿਹੜੀ ਭਾਜਪਾ ਵਾ ਉਹਨੇ ਟਿਕਟ ਦਿੱਤੀ ਆ ਔਰ ਸਾਡੀਆਂ ਮੰਗਾਂ ਵਿੱਚ ਲਖੀਮਪੁਰ ਖੀਰੀ ਦਾ ਇਨਸਾਫ ਲੈਣ ਦੀ ਗੱਲ ਸੀਗੀ। ਤੋ ਕੇਂਦਰ ਸਰਕਾਰ ਦਾ ਜਿਹੜੀ ਮੈਂ ਗੱਲ ਕਹਿੰਦਾ ਸੀ ਨੀਅਤ ਅਤੇ ਨੀਤ ਖੋਟੀ ਆ ਉਹ ਨੰਗੀ ਹੋ ਗਈ। ਇੱਕ ਬੰਨੇ ਬਿਆਨ ਆ ਰਹੇ ਆ ਵੀ ਅਸੀਂ ਕਿਸਾਨਾਂ ਮਜ਼ਦੂਰਾਂ ਨਾਲ ਬਹਿ ਕੇ ਮਸਲੇ ਨਿਬੇੜਨਾ ਚਾਹੁੰਦੇ, ਇੱਕ ਬੰਨੇ ਜਿਹੜੇ ਸਾਡੇ ਕਿਸਾਨਾਂ ਮਜ਼ਦੂਰਾਂ ਦੇ ਕਾਤਲ ਆ ਉਹਨਾਂ ਨੂੰ ਟਿਕਟਾਂ ਦਿੱਤੀਆਂ ਜਾ ਰਹੀਆਂ, ਇਸ ਫੈਸਲੇ ਦੀ ਅਸੀਂ ਨਿੰਦਾ ਕਰਦੇ ਹਾਂ ਔਰ ਇਹਦਾ ਜਿਹੜਾ ਵਾ ਬਦਲਾ ਇਹ ਦੇਸ਼ ਦੇ 140 ਕਰੋੜ ਲੋਕ ਲੈਣਗੇ ਵੀ ਜੋ ਭਾਜਪਾ ਜਿਸ ਨੀਤੀ 'ਤੇ ਚੱਲ ਰਹੀ ਆ ਅਜਿਹੀ ਸਰਕਾਰ ਚਾਹੀਦੀ ਆ ਕਿ ਨਹੀਂ ਚਾਹੀਦੀ। ਅਸੀਂ ਜਿੰਨਾ ਚਿਰ ਲਖੀਮਪੁਰ ਖੀਰੀ ਦਾ ਇਨਸਾਫ ਨਹੀਂ ਲੈਂਦੇ ਉਹਨਾਂ ਤੱਕ ਉਨੀ ਦੇਰ ਤੱਕ ਇਹ ਅੰਦੋਲਨ ਜਾਰੀ ਰੱਖਾਂਗੇ। ਧੰਨਵਾਦ। ਹੁਣੇ ਸਾਨੂੰ ਸਮਾਚਾਰ ਪ੍ਰਾਪਤ ਹੋਇਆ ਵਾ ਵੀ ਲਖੀਮਪੁਰ ਖੀਰੀ ਦੇ ਮੁੱਖ ਦੋਸ਼ੀ ਅਜੇ ਮਿਸ਼ਰਾ ਟੈਨੀ ਜਿਹੜੇ ਕੇਂਦਰ ਦੇ ਗ੍ਰਹਿ ਰਾਜ ਮੰਤਰੀ ਆ ਉਹਨਾਂ ਨੂੰ ਲਖੀਮਪੁਰ ਖੀਰੀ ਤੋਂ ਜਿਹੜੀ ਭਾਜਪਾ ਵਾ ਉਹਨੇ ਟਿਕਟ ਦਿੱਤੀ ਆ ਔਰ ਸਾਡੀਆਂ ਮੰਗਾਂ ਵਿੱਚ ਲਖੀਮਪੁਰ ਖੀਰੀ ਦਾ ਇਨਸਾਫ ਲੈਣ ਦੀ ਗੱਲ ਸੀਗੀ। ਤੋ ਕੇਂਦਰ ਸਰਕਾਰ ਦਾ ਜਿਹੜੀ ਮੈਂ ਗੱਲ ਕਹਿੰਦਾ ਸੀ ਨੀਅਤ ਅਤੇ ਨੀਤ ਖੋਟੀ ਆ ਉਹ ਨੰਗੀ ਹੋ ਗਈ। ਇੱਕ ਬੰਨੇ ਬਿਆਨ ਆ ਰਹੇ ਆ ਵੀ ਅਸੀਂ ਕਿਸਾਨਾਂ ਮਜ਼ਦੂਰਾਂ ਨਾਲ ਬਹਿ ਕੇ ਮਸਲੇ ਨਿਬੇੜਨਾ ਚਾਹੁੰਦੇ, ਇੱਕ ਬੰਨੇ ਜਿਹੜੇ ਸਾਡੇ ਕਿਸਾਨਾਂ ਮਜ਼ਦੂਰਾਂ ਦੇ ਕਾਤਲ ਆ ਉਹਨਾਂ ਨੂੰ ਟਿਕਟਾਂ ਦਿੱਤੀਆਂ ਜਾ ਰਹੀਆਂ, ਇਸ ਫੈਸਲੇ ਦੀ ਅਸੀਂ ਨਿੰਦਾ ਕਰਦੇ ਹਾਂ ਔਰ ਇਹਦਾ ਜਿਹੜਾ ਵਾ ਬਦਲਾ ਇਹ ਦੇਸ਼ ਦੇ 140 ਕਰੋੜ ਲੋਕ ਲੈਣਗੇ ਵੀ ਜੋ ਭਾਜਪਾ ਜਿਸ ਨੀਤੀ 'ਤੇ ਚੱਲ ਰਹੀ ਆ ਅਜਿਹੀ ਸਰਕਾਰ ਚਾਹੀਦੀ ਆ ਕਿ ਨਹੀਂ ਚਾਹੀਦੀ। ਅਸੀਂ ਜਿੰਨਾ ਚਿਰ ਲਖੀਮਪੁਰ ਖੀਰੀ ਦਾ ਇਨਸਾਫ ਨਹੀਂ ਲੈਂਦੇ ਉਹਨਾਂ ਤੱਕ ਉਨੀ ਦੇਰ ਤੱਕ ਇਹ ਅੰਦੋਲਨ ਜਾਰੀ ਰੱਖਾਂਗੇ। ਧੰਨਵਾਦ।